ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਕਿਸੇ ਵੀ ਮੁਲਾਜ਼ਮ ਭਾਵੇਂ ਉਹ ਕੋਈ ਬਾਹਰ ਦਾ ਬੰਦਾ ਹੋਵੇ ਭਾਵੇਂ ਕੋਈ ਹੋਰ ਕੋਈ ਬੰਦਾ ਹੋਵੇ ਕਿਸੇ ਨੂੰ ਪੰਜਾਬ ਸਰਕਾਰ ਦੇ ਦਫ਼ਤਰ ਵਿੱਚ ਸ਼ਰਾਬ ਪੀਣ ਜਾ ਕੇ ਨਹੀਂ ਦਿੱਤੀ ਜਾਊਗੀ। ਕਪੂਰਥਲਾ ਦੇ BDPO ਦਫ਼ਤਰ ਵਿੱਚ ਸਰਕਾਰੀ ਮੁਲਾਜ਼ਮਾਂ ਵੱਲੋਂ ਦੇਖੋ ਹੁੰਦੀ ਦਾਰੂ ਪਾਰਟੀ। ਕੈਮਰਾ ਵੇਖਦਿਆਂ ਹੀ ਕਿੱਦਾਂ ਉੱਡੇ ਹੋਸ਼ ਤੇ ਕਿੱਦਾਂ ਛੱਡ ਕੇ ਭੱਜੇ ਆਪਣੇ ਭਰੇ ਹੋਏ ਜਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਅਕਸਰ ਸਰਕਾਰੀ ਅਦਾਰਿਆਂ 'ਚੋਂ ਅਜਿਹੀਆਂ ਵੀਡੀਓਜ਼ ਤੁਸੀਂ ਬੜੀਆਂ ਦੇਖੀਆਂ ਹੋਣਗੀਆਂ ਜਿਸ ਦੇ ਵਿੱਚ ਸਰਕਾਰੀ ਮੁਲਾਜ਼ਮ ਜਾਮ ਖੜਕਾਉਂਦੇ ਹੋਏ ਛਲਕਾਉਂਦੇ ਹੋਏ ਸਾਫ਼ ਨਜ਼ਰ ਆਉਂਦੇ ਨੇ। ਹਾਲ ਹੀ ਦੇ ਵਿੱਚ ਕਪੂਰਥਲਾ ਦੇ ਕਸਬਾ ਨਡਾਲਾ ਦੇ VDPO ਆਫਿਸ ਦੇ ਵਿੱਚ ਸ਼ਾਮ ਪੈਂਦਿਆਂ ਹੀ ਜਾਮ ਟਕਰਾਉਣ ਲੱਗ ਪੈਂਦੇ ਸਨ। ਸਰਕਾਰੀ ਦਫ਼ਤਰ ਵਿੱਚ ਬੈਠੇ ਹੋਏ ਇਹ ਸਰਕਾਰੀ ਬਾਬੂ ਸਰਕਾਰੀ ਮੇਜ਼ ਦੇ ਉੱਤੇ ਸਰਿਆਮ ਸ਼ਰਾਬ ਸਜਾ ਕੇ ਰੋਜ਼ਾਨਾ ਜਾਮ ਛਲਕਾਇਆ ਕਰਦੇ ਸਨ। ਕਿਸੇ ਨੇ BDPO ਦੇ ਇਸ ਕਮਰੇ ਵਿੱਚ ਚੱਲ ਰਹੀ ਇਸ ਪਾਰਟੀ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਅਤੇ ਜਿੱਦਾਂ ਹੀ ਕੈਮਰਾ ਕਮਰੇ ਦੇ ਅੰਦਰ ਗਿਆ ਤਾਂ ਸ਼ਰਾਬ ਦਾ ਮਜ਼ਾ ਲੈ ਰਹੇ ਕਰਮਚਾਰੀ ਉੱਥੋਂ ਭੱਜਦੇ ਹੋਏ ਨਜ਼ਰ ਆਏ। ਵਾਇਰਲ ਹੋਈ ਇਸ ਵੀਡੀਓ ਮੁਤਾਬਕ ਕੁਝ ਕਰਮਚਾਰੀ ਤਾਂ ਸ਼ਰਾਬ ਦੀ ਬੋਤਲ ਅਤੇ ਨਮਕੀਨ ਦੇ ਨਾਲ ਬੈਠੇ ਹੋਏ ਸਨ ਅਤੇ ਜਿੱਦਾਂ ਹੀ ਕੈਮਰਾ ਅੰਦਰ ਆਉਂਦਾ ਹੈ ਉਦਾਂ ਹੀ ਸਾਰਾ ਸਮਾਨ ਛੱਡ ਉੱਥੋਂ ਭੱਜ ਖੜੇ ਹੁੰਦੇ ਨੇ। ਕੈਮਰੇ ਨੂੰ ਵੇਖ ਇਹ ਸਰਕਾਰੀ ਕਰਮਚਾਰੀ ਬਾਬੂ ਕੁਝ ਇਸ ਕਦਰ ਘਬਰਾ ਗਏ ਕਿ ਆਪਣੇ ਮੋਬਾਈਲ ਤੱਕ ਵੀ ਪਿੱਛੇ ਹੀ ਭੁੱਲ ਗਏ ਅਤੇ ਪੁੱਛਣ ਤੇ ਸਿਰਫ ਪਾਣੀ ਪੀਣ ਦੀ ਗੱਲ ਕਹਿਣ ਲੱਗੇ ਕਿ ਅਸੀਂ ਤਾਂ ਸਿਰਫ ਪਾਣੀ ਪੀ ਰਹੇ ਸੀ। ਸਰਕਾਰੀ ਦਫ਼ਤਰ ਦੇ ਵਿੱਚ ਸ਼ਰਾਬ ਪਾਰਟੀ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਮਾਮਲੇ ਦਾ ਕੜਾ ਨੋਟਿਸ ਲੈਂਦਿਆਂ ਸੰਬੰਧਿਤ ਕਰਮਚਾਰੀਆਂ ਨੂੰ ਨੋਟਿਸ ਭੇਜ ਕੇ ਆਪਣਾ ਪੱਖ ਰੱਖਣ ਲਈ ਕੁਝ ਸਮਾਂ ਦਿੱਤਾ ਹੈ। ਕਪੂਰਥਲਾ ਦੇ DDPO ਮੁਤਾਬਕ ਉਹਨਾਂ ਦਾ ਪੱਖ ਰੱਖੇ ਜਾਣ ਤੋਂ ਬਾਅਦ ਹੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਕੀ ਕਹਿਣਾ ਚਾਹੁੰਦੇ ਹੋ, ਕੀ ਕਾਰਵਾਈ ਹੁਣ ਤੱਕ ਕੀਤੀ ਹੈ ਤੁਸੀਂ? ਇਹ ਜਿਹੜਾ ਮਸਲਾ ਸੀ ਮੇਰੇ ਧਿਆਨ 'ਚ ਆ ਗਿਆ ਹੈ, ਜਿਹੜੇ ਵੀ ਮੁਲਾਜ਼ਮ ਸਾਡੇ ਦੇ ਸਿਹਤ ਸੰਬੰਧੀ ਦੋਸ਼ੀ ਪਾਇਆ ਗਿਆ, ਅਸੀਂ ਇਹਦੀ ਪੜਤਾਲ ਕਰ ਰਹੇ ਹਾਂ। ਜਿਹੜਾ ਵੀ ਦੋਸ਼ੀ ਪਾਇਆ ਗਿਆ ਬਖਸ਼ਿਆ ਨਹੀਂ ਜਾਊਗਾ, ਉਹਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ। ਕਿਸੇ ਵੀ ਮੁਲਾਜ਼ਮ ਭਾਵੇਂ ਉਹ ਕੋਈ ਬਾਹਰ ਦਾ ਬੰਦਾ ਹੋਵੇ, ਭਾਵੇਂ ਕੋਈ ਹੋਰ ਕੋਈ ਬੰਦਾ ਹੋਵੇ, ਕਿਸੇ ਨੂੰ ਪੰਜਾਬ ਸਰਕਾਰ ਦੇ ਦਫ਼ਤਰ ਵਿੱਚ ਸ਼ਰਾਬ ਪੀਣ ਜਾ ਕੇ ਨਹੀਂ ਦਿੱਤੀ ਜਾਊਗੀ। ਹੁਣ ਤੱਕ ਕੋਈ ਕਾਰਵਾਈ ਇਹਨਾਂ ਦੇ ਖਿਲਾਫ਼ ਕੋਈ ਨੋਟਿਸ ਵਗੈਰਾ ਜਾਰੀ? ਅਸੀਂ ਉਹਨਾਂ ਨੂੰ ਨੋਟਿਸ ਜਾਰੀ ਕਰਤਾ, ਉਹਨਾਂ ਦਾ ਜਵਾਬ ਆ ਰਿਹਾ ਸਾਡੇ ਕੋਲ। ਜਦੋਂ ਸਾਡੇ ਕੋਲ ਜਵਾਬ ਆ ਜਾਏਗਾ, ਅਸੀਂ ਇੱਕ ਵਾਰ ਸੁਣਨਾ ਉਹਨਾਂ ਨੂੰ, ਸੁਣ ਕੇ ਇਮੀਡੀਏਟਲੀ ਉਹਨਾਂ ਦੇ ਖਿਲਾਫ਼ ਕਾਰਵਾਈ ਕਰ ਰਹੇ ਸੀ, ਸਖ਼ਤ ਕਾਰਵਾਈ ਕਰਾਂਗੇ ਇਹਨਾਂ ਦੇ ਖਿਲਾਫ਼। ਗੁਰਪਿਆਰੇ, ਜੋ ਵੀ ਮੁਲਾਜ਼ਮ ਸਰਕਾਰੀ ਅਦਾਰਿਆਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਆਪ ਚਾਹੀਦਾ ਹੈ ਕਿ ਉਹ ਆਪਣੀ ਕੁਰਸੀ ਦੀ ਗਰਿਮਾ ਬਣਾ ਕੇ ਰੱਖਣ, ਆਪਣੇ ਅਹੁਦੇ ਦੀ ਇੱਜ਼ਤ ਕਰਨ ਅਤੇ ਸਰਕਾਰੀ ਕੁਰਸੀਆਂ ਜਿਹੜੀਆਂ ਉਹਨਾਂ ਨੂੰ ਲੋਕ ਸੇਵਾ ਵਾਸਤੇ ਸੌਂਪੀਆਂ ਜਾਂਦੀਆਂ ਨੇ ਉਹਨਾਂ ਉੱਤੇ ਬੈਠ ਕੇ ਸ਼ਰਾਬ ਪਾਰਟੀਆਂ ਕਰਕੇ ਸਮਾਜ ਦੇ ਵਿੱਚ ਕੋਈ ਗਲਤ ਮੈਸੇਜ ਨਾ ਦਿੱਤਾ ਜਾਵੇ। ਅਕਸਰ ਕਿਹਾ ਜਾਂਦਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਤਾਂ ਜਾਮ ਨਾਲ ਜਾਮ ਛਲਕਾਉਂਦੇ ਹੋਏ ਤੁਸੀਂ ਆਸਾਨੀ ਨਾਲ ਵੇਖ ਸਕਦੇ ਹੋ, ਪਰ BDPO ਆਫਿਸ ਵਿੱਚੋਂ ਵਾਇਰਲ ਹੋਈ ਇਸ ਵੀਡੀਓ ਨੇ ਵਿਖਾ ਦਿੱਤਾ ਹੈ ਕਿ ਸਿਰਫ ਕੋਈ ਇੱਕ ਮਹਿਕਮਾ ਹੀ ਨਹੀਂ ਜੋ ਆਪਣੀਆਂ ਸਰਕਾਰੀ ਕੁਰਸੀਆਂ ਦਾ ਤੇ ਸਰਕਾਰੀ ਦਫ਼ਤਰਾਂ ਦਾ ਫਾਇਦਾ ਚੱਕਦੇ ਨੇ ਜਾਮ ਛਲਕਾਉਣ ਵਾਸਤੇ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹੀ ਸਾਬਤ ਹੁੰਦਾ ਹੈ ਕਿ ਜਿੱਥੇ ਵੀ ਜਿਸ ਨੂੰ ਵੀ ਜਗ੍ਹਾ ਮਿਲਦੀ ਹੈ, ਮੌਕਾ ਮਿਲਦਾ ਹੈ ਜਾਮ ਛਲਕਾਉਣ ਦਾ, ਉਹ ਸਰਕਾਰੀ ਪ੍ਰਾਪਰਟੀ ਦਾ, ਸਰਕਾਰੀ ਅਹੁਦੇ ਦਾ ਪੂਰਾ ਪੂਰਾ ਫਾਇਦਾ ਚੱਕਦਿਆਂ ਅਜਿਹੀਆਂ ਘਟੀਆਂ ਹਰਕਤਾਂ ਕਰਨ ਤੋਂ ਬਾਅਦ ਨਹੀਂ ਆਉਂਦੇ। ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਅੱਗੇ ਇਹਨਾਂ ਦੋਸ਼ੀਆਂ ਖਿਲਾਫ਼ ਕੀ ਕਾਰਵਾਈ ਕਰਦਾ ਹੈ। ਗੁਰਬਾਣੀ ਅਖੰਡ ਬਾਣੀ ਵਾਸਤੇ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।